ਇਹ ਘੁੰਮਦੇ ਹੋਏ ਨੱਟ ਦਾ ਖਿਡੌਣਾ ਬਹੁਤ ਹੀ ਸ਼ਾਨਦਾਰ ਹੈ। ਇਸ ਲਈ ਤੁਹਾਨੂੰ ਅਲਮੀਨੀਅਮ ਦੀ ਤਾਰ ਦਾ ਚੱਕਰ ਅਤੇ ਕੁਝ ਨੱਟ ਚਾਹੀਦੇ ਹਨ। ਨੱਟ ਤਾਰ ਵਿੱਚ ਢਿੱਲੇ ਹੋਣੇ ਚਾਹੀਦੇ ਹਨ। ਤਾਰ ਵਿੱਚ 4-5 ਨੱਟ ਪਾ ਲਵੋ। ਚੱਕਰ ਦੇ ਕੋਨਿਆਂ ਨੂੰ ਕੋਲ ਲੈ ਆਵੋ ਅਤੇ ਉਹਨਾਂ ਨੂੰ ਟੇਪ ਨਾਲ ਜੋੜ ਦਿਓ। ਟੇਪ ਨੂੰ ਚੰਗੀ ਤਰ੍ਹਾਂ ਦਬਾਓ ਤਾਂ ਜੋ ਇੱਕ ਸਮਾਨ ਬਣ ਜਾਣ। ਹੁਣ ਨੱਟਾਂ ਨੂੰ ਘੁਮਾਓ ਅਤੇ ਚੱਕਰ ਨੂੰ ਵੀ ਘੁਮਾਉਂਦੇ ਰਹੋ। ਨੱਟ ਤੇਜ਼ੀ ਨਾਲ ਘੁੰਮਦੇ ਰਹਿਣਗੇ। ਤੁਸੀਂ ਘੁੰਮਦੇ ਨੱਟਾਂ ਨੂੰ ਦੇਖ ਸਕਦੇ ਹੋ। ਤੁਸੀਂ ਸਟੀਲ ਦੀ ਤਾਰ ਦਾ ਚੱਕਰ ਵੀ ਲੈ ਸਕਦੇ ਹੋ। ਉਸ ਵਿੱਚ ਨੱਟ ਪਾਓ। ਟੇਪ ਲਾਉਣ ਦੀ ਬਜਾਏ ਤੁਸੀਂ ਤਾਰ ਦੇ ਕੋਨਿਆਂ ਨੂੰ ਵੈਲਡ ਵੀ ਕਰ ਸਕਦੇ ਹੋ। ਸਟੀਲ ਦੇ ਚੱਕਰ ਉੱਪਰ ਘੁੰਮਦੇ ਹੋਏ ਸਟੀਲ ਦੇ ਨੱਟ ਬਹੁਤ ਹੀ ਪਿਆਰੀ ਆਵਾਜ਼ ਕੱਢਣਗੇ। ਚੱਕਰ ਨੂੰ ਘੁਮਾਉਂਦੇ ਰਹੋ।